ਮੰਤਰੀ ਦੀ ਕਮੇਟੀ ਨਾਲ ਔਰ ਆਫੀਸਰ ਕਮੇਟੀ ਨਾਲ ਕੱਲ ਜੋ ਮਹਾਰੈਲੀ ਕੀਤੀ ਗਈ ਸੀਗੀ ਫਰੰਟ ਵੱਲੋਂ, ਉਹਦੇ ਵਿੱਚ ਜੋ ਲੋਕਾਂ ਦਾ ਰੋਸ ਸੀਗਾ, ਜੋ ਜੋਸ਼ ਸੀਗਾ, ਤੇ ਉਹਦੇ ਸੰਬੰਧ ਵਿੱਚ ਹੀ ਅੱਜ ਜਿਹੜੀ ਮੀਟਿੰਗ ਹੋਈ ਹੈ। ਕੁਛ ਕ ਹੱਦ ਤੱਕ ਜਿਹੜਾ ਮੰਤਰੀਆਂ ਨੇ ਜਾਂ ਕਹਿ ਲਓ ਆਫੀਸਰ ਕਮੇਟੀ ਨੇ ਕੁਛ ਹੱਦ ਤੱਕ ਸਕਾਰਾਤਮਕ ਰਵੱਈਆ ਅਪਣਾਇਆ, ਕੁਛ ਕੁ ਮੰਗਾਂ 'ਤੇ ਸਹਿਮਤੀ ਬਣਦੀ ਨਜ਼ਰ ਆਈ ਹੈ। ਅਤੇ ਮੰਤਰੀ ਕਮੇਟੀ ਨੇ ਕਿਹਾ ਕਿ ਮੰਗਲਵਾਰ ਤੱਕ ਕੁਛ ਨਾ ਕੁਛ ਐਲਾਨ ਕਰ ਦਿੱਤਾ ਜਾਏਗਾ। ਉਹ ਕੀ ਐਲਾਨ ਹੋਏਗਾ, ਕਿਵੇਂ ਹੋਏਗਾ, ਜੇ ਉਹਦੇ ਬਾਰੇ ਕੁਛ ਨਹੀਂ ਹੈ। ਮੀਟਿੰਗ ਵੀ 4 ਵਜੇ ਰੱਖੀ ਆ, ਉਹਦਾ ਮੁੱਖ ਕਾਰਨ ਇਹ ਦੱਸਿਆ ਗਿਆ ਸੀਗਾ ਕਿ ਅੱਜ ਵਿੱਤ ਮੰਤਰੀ ਸਾਹਿਬ ਕੋਲ ਟਾਈਮ ਨਹੀਂ ਸੀਗਾ, ਇਸ ਕਰਕੇ ਉਹ ਮੀਟਿੰਗ ਦੇ ਵਿੱਚ ਨਹੀਂ ਆਏ। ਔਰ ਜੋ ਵੀ ਚਿੱਠੀ ਪੱਤਰ ਹੋਣਾ, ਨੋਟੀਫਿਕੇਸ਼ਨ ਹੋਣਾ, ਉਹ ਵਿੱਤ ਮੰਤਰੀ ਸਾਹਿਬ ਦੀ ਸਹਿਮਤੀ ਦੇ ਨਾਲ ਹੋਣਾ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਹੁਕਮ ਆ ਕਿ ਜਲਦੀ ਤੋਂ ਜਲਦੀ ਜਿਹੜੇ ਮੁਲਾਜ਼ਮਾਂ ਦੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ। ਸੋ ਦੇਖਦੇ ਹੁਣ ਜਿਹੜੀ ਅਗਲੀ ਮੀਟਿੰਗ ਮੰਗਲਵਾਰ ਨੂੰ ਹੋਏਗੀ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚਿੱਠੀਆਂ ਇਸ਼ੂ ਕਰਦੇ ਆ, ਅਤੇ ਜਿੱਥੋਂ ਤੱਕ ਪਹਿਲੇ ਮੀਟਿੰਗ ਹੋਏਗੀ, ਉਸ ਤੋਂ ਬਾਅਦ ਐਲਾਨ ਕੀਤਾ ਜਾਏਗਾ। ਔਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਤੁਸੀਂ ਜਿਹੜੇ ਆ ਅਗਲੇ ਐਕਸ਼ਨਾਂ ਬਾਰੇ ਜਿਹੜੀ ਗੱਲਬਾਤ ਹੋਈ ਆ, ਉਹਦੇ 'ਚ ਅਸੀਂ ਇਹ ਫੈਸਲਾ ਲਿਆ ਕਿ ਮੰਗਲਵਾਰ ਦੀ ਜਿਹੜੇ ਮੀਟਿੰਗ ਉੱਤੋਂ ਇੰਤਜ਼ਾਰ ਕਰਦੇ ਹਾਂ, ਐਕਸ਼ਨ ਅਸੀਂ ਦਿੱਤੇ ਉਹ ਇਵੇਂ ਰਹਿਣਗੇ। ਜੇਕਰ ਸਰਕਾਰ ਕੋਈ ਨੋਟੀਫਿਕੇਸ਼ਨਾਂ ਜਿਵੇਂ ਅਸੀਂ ਮੰਗ ਕਰ ਰਹੇ ਹਾਂ ਉਹ ਨੋਟੀਫਿਕੇਸ਼ਨਾਂ ਜਾਰੀ ਹੁੰਦੀਆਂ ਤਾਂ ਮੀਟਿੰਗ ਕਰਕੇ ਅਗਲੇ ਐਕਸ਼ਨਾਂ ਬਾਰੇ ਵਿਚਾਰ ਕਰ ਲਿਆ ਜਾਏਗਾ, ਨਹੀਂ ਤਾਂ ਜਿਹੜੇ ਐਕਸ਼ਨ ਸਾਡੇ ਦਿੱਤੇ ਹੋਏ ਨੇ ਹੜਤਾਲ ਦੇ 9 ਤੋਂ 13 ਦੇ, ਉਹ ਐਕਸ਼ਨ ਐਜ ਇਟ ਇਜ਼ ਚੱਲਦੇ ਰਹਿਣਗੇ। ਅੱਜ ਜਿਹੜੀ ਸਾਡੀ ਮੀਟਿੰਗ ਜਿਹੜੀ ਹੈ 2 ਪੜਾਵਾਂ ਦੇ ਵਿੱਚ ਹੋਈ ਹੈ। 3.5 ਘੰਟੇ ਜਿਹੜੀ ਮੀਟਿੰਗ ਹੈ ਮੰਤਰੀਆਂ ਦੀ ਕਮੇਟੀ ਨਾਲ ਚੱਲੀ ਹੈ, ਉਹਦੇ ਵਿੱਚ ਕੁਛ ਗੱਲਾਂ 'ਤੇ ਸਹਿਮਤੀ ਜਿਹੜੀ ਨੇੜੇ ਆਈ ਆ। ਉਹਨਾਂ ਦਾ ਪੋਸਟ ਬਰੁੱਖ ਸੀਗਾ ਮੁਲਾਜ਼ਮਾਂ ਦੀ ਅਤੇ ਪੈਨਸ਼ਨਾਂ ਦੀਆਂ ਮੰਗਾਂ ਪ੍ਰਤੀ, ਅਤੇ ਉਹ ਇਸ ਗੱਲ 'ਤੇ ਸਹਿਮਤ ਅਸੀਂ ਉਹਨਾਂ ਨੂੰ ਆਪਣੇ ਦਲੀਲਾਂ ਦੇ ਨਾਲ ਕਾਇਲ ਕਰਾਇਆ ਵੀ ਜਿਹੜਾ ਇਹ ਤਨਖਾਹ ਕਮਿਸ਼ਨ ਹੈ ਇਹ ਤਰੁੱਟੀਆਂ 'ਚ ਜ਼ਿਆਦਾ ਹੈ, ਵੀ ਇਹਨੂੰ ਸੋਧ ਕੇ ਲਾਗੂ ਕੀਤਾ ਜਾਵੇ। ਉਹਨਾਂ ਨੇ ਸਾਨੂੰ ਇਹਦੇ ਬਾਰੇ ਪੋਸਟ ਦਿੱਤਾ ਰਿਸਪੋਂਸ, ਆਖਰੀ ਦਾ ਫੈਸਲਾ ਉਹ ਮੰਗਲਵਾਰ ਕਰਨਗੇ। ਜਿੱਥੋਂ ਤੱਕ NPS ਵਾਲੇ ਮੁਲਾਜ਼ਮਾਂ ਦਾ ਸਵਾਲ ਹੈ, ਉਹਦੇ ਲਈ ਉਹਨਾਂ ਨੇ ਜਿਹੜੀ ਕਮੇਟੀ ਬਣੀ ਹੈ ਅਤੇ ਉਹਨਾਂ ਦੀ ਜਿਹੜੀ ਫੈਮਿਲੀ ਪੈਨਸ਼ਨ ਦਾ ਸਵਾਲ ਹੈ ਉਹਦੇ ਬਾਰੇ ਵੀ ਉਹਨਾਂ ਨੇ ਸਹਿਮਤੀ ਦਿੱਤੀ ਹੈ। ਐਲਾਨ ਜਿਹੜਾ ਉਹ ਫੈਸਲਾ ਨਾ ਮੰਗਲਵਾਰ ਕਰਨਗੇ, ਅਤੇ ਉਹਦੇ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਸਵਾਲ ਹੈ, ਬੜਾ ਵੱਡਾ ਸਵਾਲ ਹੈ। ਉਹਦੇ ਲਈ ਉਹਨਾਂ ਨੇ ਇਸ ਗੱਲ ਲਈ ਸਹਿਮਤੀ ਦਿੱਤੀ ਹੈ ਵੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨ ਵਾਸਤੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਡਿਪਾਰਟਮੈਂਟ ਲਿਆਉਣ ਵਾਸਤੇ, ਉਹਦੇ ਲਈ ਵੀ ਉਹਨਾਂ ਨੇ ਇੱਕ ਜਿਹੜੀ ਐਕਟ ਹੈ, ਐਕਟ ਜਿਹੜਾ ਅਸੀਂ ਪਹਿਲੇ ਐਕਟ ਨੂੰ ਅਸੀਂ ਰੱਦ ਕੀਤਾ ਹੈ, ਉਹ ਐਕਟ ਪੂਰੇ ਨੂੰ ਅੱਗੇ ਨਹੀਂ ਦਿੰਦਾ। ਇਸ ਕਰਕੇ ਉਸ ਐਕਟ ਦੇ ਵਿੱਚ ਹੁਣ ਸੋਧ ਹੋਣਗੀ। ਅਸੀਂ 2016 ਦੇ ਆਧਾਰ 'ਤੇ ਉਸ ਲਾਈਟ ਦੇ ਵਿੱਚ ਉਸ ਐਕਟ ਦੀ ਅਸੀਂ ਮੰਗ ਕਰਦੇ ਹਾਂ। ਉਹਦੇ ਨਾਲ ਹੀ ਜਿਹੜੇ ਪੱਤੇ ਹੈ, ਪੱਤਿਆਂ ਨੂੰ ਅਸੀਂ ਸਾਫ਼ ਕਹਿ ਕੇ ਐਵੇਂ ਬਹਾਲ ਹੋਣੇ ਚਾਹੀਦੇ ਆ। ਉਹਦੇ ਬਾਰੇ ਵੀ ਉਹਨਾਂ ਦਾ ਹਾਂ ਪੱਖੀ ਹੰਗਾਰਾ ਸੀਗਾ। ਜਿਹੜੀਆਂ ਕੁਝ ਵਿਕਟੀਮਾਈਜੇਸ਼ਨਾਂ ਪਿਛਲੇ ਸਮੇਂ ਹੋਈਆਂ, ਜਿਹੜੇ ਸਾਡੇ 'ਤੇ ਕੇਸ ਦਰਜ ਹੋਏ ਹੈ, ਅਤੇ ਇਹ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਵਿੱਚ ਹੋਰ ਵਿਭਾਗਾਂ ਦੇ ਵਿੱਚ ਜਿਹੜੀ ਵਿਕਟੀਮਾਈਜੇਸ਼ਨ ਹੋਈ ਹੈ ਉਹਨੂੰ ਵੀ ਜਿਹੜਾ ਉਹ ਸਾਰਿਆਂ ਨੂੰ ਜਿਹੜੇ ਉਹਦੇ ਵਾਪਸ ਲੈਣਗੇ, ਵਿਕਟੀਮਾਈਜੇਸ਼ਨ ਠੀਕ ਕਰਨਗੇ। ਇਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਲੈਟਰ ਹੈ ਮੁਲਾਜ਼ਮਾਂ ਦੇ ਦੋਖੀ ਜਿਹੜੇ ਸੀਗੇ 15 ਦਾ ਪ੍ਰੋਬੇਸ਼ਨ ਪੀਰੀਅਡ ਦਾ ਸਵਾਲ ਹੈ।